ਅੰਦਰ ਦੇ ਵਿੱਚ ਕੱਲ ਖਾਲਸਾਈ ਸ਼ਸਤਰ ਮਾਰਚ ਕੱਢਿਆ ਜਾ ਰਿਹਾ ਜਿਨ੍ਹਾਂ ਦੁਆਰਾ ਉਪਰਾਲਾ ਕੀਤਾ ਜਾ ਰਿਹਾ ਇਸ ਵਕਤ ਸਾਡੇ ਨਾਲ ਨੇ ਹਰਪਾਲ ਸਿੰਘ ਛੱਡਾ ਜੋ ਸਿੱਖ ਤਲਵੇਲ ਕਮੇਟੀ ਦੇ ਆਗੂ ਨੇ ਹਰਪਾਲ ਜੀ ਕੀ ਮੰਤਵ ਹੈ ਕਿ ਜੋ ਕੱਲ ਖਾਲਸਾਈ ਸ਼ਸਤਰ ਮਾਰਚ ਕੱਢਿਆ ਜਾਵੇ ਪਹਿਲਾਂ ਤਾਂ ਜਿਹੜਾ ਖਾਲਸਾਈ ਸ਼ਸਤਰ ਮਾਰਚ ਹੈ ਮੈਂ ਜੇ ਉਹਦੀ ਲਈ ਗੱਲ ਕਰਾਂ ਤੇ ਪਹਿਲਾਂ ਮੈਂ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਖਾਲਸਾਈ ਸ਼ਸਤਰ ਮਾਰਚ ਹੈ ਉਹ ਅਸੀਂ ਜਲੰਧਰ ਵਾਸੀ ਬਹੁਤ ਵਡਪਾਗੇ ਆ ਅਸੀਂ ਉਸ ਵੈਗੁਰੂ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਦੇ ਨਾਲ ਇਹ ਜੇ ਆਪ ਜੀ ਨੂੰ ਮੈਂ ਦੱਸਣਾ ਚਾਹਾਂ ਤੇ ਇਹ ਪੂਰੇ ਵਰਲਡ ਦੇ ਵਿੱਚ ਵਰਲਡ ਚ ਕਿੰਨੇ ਮੁਲਕ ਨੇ ਔਰ ਉਹ ਸਾਰੇ ਮੁਲਕਾਂ ਚ ਜਿਹੜਾ ਸਿੱਖੀ ਦਾ ਪ੍ਰਸਾਰ ਹੈ ਉਹ ਬਹੁਤ ਫੈਲ ਚੁੱਕਾ ਹੈ ਔਰ ਜਿੱਥੇ ਵੀ ਸਿੱਖ ਗਏ ਨੇ ਸਾਰੀ ਜਗ੍ਹਾ ਤੇ ਸਿੱਖ ਚੜ੍ਹਦੀ ਕਲਾ ਚ ਹੁਣ ਸਭ ਤੋਂ ਵੱਡੀ ਗੱਲ ਸੀ ਜੇ ਪੂਰੇ ਵਰਲਡ ਦੀ ਗੱਲ ਕਰਦੇ ਪਿਆਂ ਤੇ ਸਾਡੇ ਜੋ ਇਤਿਹਾਸ ਦੇ ਵਿੱਚ ਜੋ ਸਾਡੇ ਗੁਰੂ ਸਾਹਿਬਾਨ ਦੇ ਜਿਹੜੇ ਗੁਰਪੁਰਬ ਨੇ ਜਾਂ ਸਾਡੇ ਹੋਰ ਜਿਹੜੇ ਸਿੱਖੀ ਨਾਲ ਰਿਲੇਟਡ ਜਿਹੜੇ ਸਮਾਗਮ ਨੇ ਉਹ ਤਾਂ ਸਾਰੇ ਵਰਲਡ ਦੇ ਵਿੱਚ ਹੋ ਰਹੇ ਨੇ ਹੁਣ ਵਰਲਡ ਤੋਂ ਬਾਅਦ ਜੇ ਅਸੀਂ ਕਿਉਂਕਿ ਅਸੀਂ ਹਿੰਦੁਸਤਾਨ 'ਚ ਰਹਿ ਰਹੇ ਹਾਂ ਤੇ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਹਿੰਦੁਸਤਾਨ ਦੇ ਵਿੱਚ ਵੀ ਜੜੀਆਂ ਨੇ ਉਹ ਬਹੁਤ ਸਟੇਟਾਂ ਨੇ ਉਹਨਾਂ ਸਟੇਟਾਂ ਦੇ ਵਿੱਚ ਵੀ ਹਰ ਜਗ੍ਹਾ ਤੇ ਸਿੱਖ ਜਿਹੜਾ ਉਹ ਪਹੁੰਚ ਚੁੱਕਾ ਔਰ ਸਿੱਖੀ ਦਾ ਐ ਇੰਨੀ ਕਿ ਆਪਣੀ ਮਿਹਨਤ ਦੇ ਨਾਲ ਸਿੱਖਾਂ ਦਾ ਇੰਨਾ ਕਿ ਨਾਂ ਇੱਕ ਰਤਬਾ ਬਣ ਚੁੱਕਾ ਹੈ ਚਾਹੇ ਉਹ ਖੇਤੀਬਾੜੀ ਨਾਲ ਚਾਹੇ ਉਹ ਵਪਾਰ ਨਾਲ ਜਾਂ ਕਿਸੇ ਹੋਰ ਵੀ ਜਿਹੜੇ ਵੀ ਉਹ ਕੰਮ ਦੇ ਵਿੱਚ ਲੱਗੇ ਉਥੇ ਵਿੱਚ ਉਹਨਾਂ ਨੇ ਪੂਰੀ ਜੱੜ ਦੀ ਕਲਾ ਵਾਲਾ ਕੰਮ ਰੱਖਿਆ ਉਹਨੂੰ ਹਿੰਦੁਸਤਾਨ ਦੇ ਵਿੱਚ ਇੰਨੀਆਂ ਸਟੇਟਾਂ ਇੰਨੀਆਂ ਸਟੇਟਾਂ ਦੇ ਵਿੱਚ ਇੰਨੇ ਡਿਸਟ੍ਰਿਕਟ ਇੰਨੇ ਡਿਸਟ੍ਰਿਕਟ ਦੇ ਵਿੱਚ ਸ਼ਹਿਰ ਕਸਬੇ ਉਹ ਸਾਰਾ ਕੁਝ ਹੋਣ ਤੋਂ ਬਾਅਦ ਪਰ ਇੱਕ ਜਲੰਧਰ ਸ਼ਹਿਰ ਇੱਕ ਸਾਰੇ ਹੀ ਸਾਰੇ ਜਿਹੜੇ ਜਲੰਧਰ ਸ਼ਹਿਰ ਦੇ ਸਿੱਖ ਨੇ ਜਾਂ ਸਾਰੇ ਜਲੰਧਰ ਸ਼ਹਿਰ ਦੀ ਜਿਹੜੀ ਸੰਗਤ ਹੈ ਜਿਹੜੀ ਨਾਨਕ ਨਾਮ ਲੈਵਾ ਸੰਗਤ ਹੈ ਉਹ ਸਾਰੇ ਵਧਾਈ ਦੇ ਪਾਤਰ ਨੇ ਕਿ ਇਹ ਜਿਹੜਾ ਖਾਲਸਾ ਹੀ ਸ਼ਸਤਰ ਮਾਰਚ ਹੈ ਇਹ ਪੂਰੇ ਵਰਲਡ ਦੇ ਵਿੱਚ ਸਿਰਫ ਇੱਕ ਜਲੰਧਰ ਦੇ ਵਿੱਚ ਹੀ ਪਿਛਲੇ 8-10 ਸਾਲ ਤੋਂ ਸਾਡੀ ਜਿਹੜੀ ਜਥੇਬੰਦੀ ਸਿੱਖ ਤਾਲਮਿਲ ਕਮੇਟੀ ਉਹ ਉਪਰਾਲਾ ਕਰਦੀ ਆ ਰਹੀ ਹੈ ਹੁਣ ਉਪਰਾਲਾ ਇੱਕ ਸਿੱਖ ਤਾਲਮਿਲ ਕਮੇਟੀ ਜ਼ਰੂਰ ਕਰ ਰਹੀ ਹੈ ਪਰ ਕੱਲਿਆਂ ਸਿੱਖ ਤਾਲਮਿਲਕ ਕਮੇਟੀ ਐਡਾ ਵੱਡਾ ਸਮਾਗਮ ਜਿਹੜਾ ਉਹ ਨਹੀਂ ਕਰਾ ਸਕਦੀ ਉਹਦੇ ਲਈ ਸਾਰੀਆਂ ਹੀ ਸਹਿਯੋਗ ਦੇ ਵਿੱਚ ਸਿੰਘ ਸੁਭਾਵਾਂ ਨੂੰ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਨੂੰ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇੱਕ ਮਾਲਾ ਦੇ ਵਿੱਚ ਪਰੋ ਕੇ ਇਸ ਸ਼ਸਤਰਮਾਰ ਦੀ ਵਿੱਚ ਜਿਹੜੀ ਹੈ ਉਹ ਸਹਿਯੋਗੀ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਉਹ ਕੱਢਣ ਜਾ ਰਹੇ ਹਾਂ ਉਹਨਾਂ ਸ਼ਸਤਰਮਾਰ ਜ ਕੱਢਣ ਦਾ ਮਨਤਬ ਕੀ ਸੀ ਕਿਉਂ ਇਹ ਕੱਢਣਾ ਪੈ ਰਿਹਾ ਉਹ ਇਹ ਸੀ ਕਿ ਜਦੋਂ ਸਾਨੂੰ ਗੁਰੂ ਸਾਹਿਬਾਨ ਨੇ ਜਦੋਂ 6ਵੀਂ ਪਾਤਸ਼ਾਹੀ ਨੇ ਜਦੋਂ ਗੁਰੂ ਅਰਜਨ ਦੇਵ ਪਾਸ਼ਾਹੀ ਦੇ ਜਦੋਂ ਸ਼ਹਾਦਤ ਦਿੱਤੀ ਸੀ ਤੇ ਉਸ ਤੋਂ ਬਾਅਦ 6ਵੀਂ ਪਾਸ਼ਾਹੀ ਨੇ ਸਾਨੂੰ ਦੋ ਮੀਰੀ ਪੀਰੀ ਦੀਆਂ ਸ੍ਰੀ ਸਾਹਿਬ ਜੜੀਆਂ ਉਹ ਭੇਟ ਕਰਾਈਆਂ ਸਨ ਉਹਨਾਂ ਨੂੰ ਬੱਬਾ ਬੁੱਢਾ ਜੀ ਨੇ ਔਰ ਜਦੋਂ ਧਰਮ ਦੀ ਖਾਤਰ ਇੱਕ ਬਚਾਨ ਦੀ ਖਾਤਰ ਇੱਕ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਤਸ਼ੱਦਦ ਮੁਗਲ ਕਰ ਰਹੇ ਸਨ ਉਹਦੇ ਵਿੱਚ ਕੱਲੀ ਬਾਣੀ ਜਾਂ ਸੰਤ ਉਨੇ ਦੇ ਨਾਲ ਉਹ ਉਹਨਾਂ ਨੂੰ ਟਕਰਾਵ ਦੀ ਸਥਿਤੀ ਜੇਚ ਆਪਾਂ ਨਹੀਂ ਸੀ ਕਾਮਯਾਬ ਹੋ ਰਹੇ ਤਾਂ ਉਹਨਾਂ ਨੇ ਹਰ ਇੱਕ ਗੁਰਸਿੱਖ ਨੂੰ ਸੰਤ ਵੀ ਬਣਾਇਆ ਤੇ ਸਿਪਾਈ ਵੀ ਬਣਾਇਆ ਉਹਨਾਂ ਨੇ ਤਾਂ ਉਮੀਰੀ ਪੀਰੀ ਦੀਆਂ ਜਿਹੜੀਆਂ ਉਹਦੋਂ ਸ੍ਰੀ ਸਾਹਿਬ ਧਾਰਨ ਕੀਤੀਆਂ ਸੀ ਹੁਣ ਜਦੋਂ ਉਹ ਸ੍ਰੀ ਸਾਹਿਬ ਧਾਰਨ ਕਰ ਲਈਆਂ ਸਾਰਾ ਕੁਝ ਹੋ ਗਿਆ ਪਰ ਇਹ ਜਿਹੜਾ ਸਾਡਾ ਵਿਰਸਾ ਹੈ ਜਾਂ ਸਾਡਾ ਜਿਹੜਾ ਇਤਿਹਾਸ ਹੈ ਉਹ ਇੱਕ ਸਾਡੇ ਕੋਲੋਂ ਇੱਕ ਸਮੇਂ ਲੋ ਬਦਕਿਸਮਤੀ ਹੈ ਵੀ ਅਸੀਂ ਉਹ ਜਿਹੜੀ ਆਣ ਵਾਲੀ ਜਨਰੇਸ਼ਨ ਦੇ ਤੱਕਰ ਇਹ ਗੱਲ ਦਾ ਮੈਸੇਜ ਉਹ ਨਹੀਂ ਪਹੁੰਚਾ ਸਕੇ ਜੇ ਅੱਜ ਅਸੀਂ ਕਿਸੇ ਛੋਟੀ ਉਮਰ ਦੇ ਕਿਸੇ ਨੌਜਵਾਨ ਨੂੰ ਪੁੱਛਦੇ ਹਾਂ ਤੇ ਉਹਨੂੰ ਉਹ ਮੇਰੀ ਪੀੜੀ ਦੀ ਜਾਂ ਉਹ ਸ੍ਰੀ ਸਾਹਿਬ ਦੇ ਬਾਰੇ ਉਹਨੂੰ ਪੂਰਾ ਇਤਿਹਾਸ ਨਹੀਂ ਪਤਾ ਇਸ ਲਈ ਇੱਕ ਪਰਪਸ ਤੇ ਇਹ ਸੀ ਕਿ ਉਹ ਜਿਹੜਾ ਉਸ ਇਤਿਹਾਸ ਤੋਂ ਸਾਰੀ ਆਣ ਵਾਲੀ ਜਨਰੇਸ਼ਨ ਨੂੰ ਅਸੀਂ ਜਾਣੂ ਕਰਾਈਏ ਤਾਂ ਜਿਵੇਂ ਤੁਸੀਂ ਮੇਰੀ ਪੀੜੀ ਦੀ ਗੱਲ ਕੀਤੀ ਆ ਮੇਰੀ ਦੀ ਯਾਨੀ ਕਿ ਸ਼ਾਸਤਰਾਂ ਦੀ ਗੱਲ ਤੋਤੇ ਹੋਣੀ ਆ ਕਿ ਪੀੜੀ ਦੀ ਵੀ ਗੱਲ ਹੋਗੀ ਉਸ ਦੇ ਬਾਰੇ ਵੀ ਗੋਸ਼ਟੀਆਂ ਹੋਣਗੀਆਂ ਦੇਖੋ ਇੱਕ ਸਿੱਖ ਮਰਿਆਦਾ ਸਾਡੀ ਇਹੋ ਜੀ ਹੈ ਵੀ ਜਦੋਂ ਪੰਜ ਪਿਆਰੇ ਔਰ ਪਾਲਕੀ ਸਾਹਿਬ ਦਾ ਜਦੋਂ ਉਹਦੇ ਵਿੱਚ ਜਦੋਂ ਸ਼ਮੂਲੀਅਤ ਹੋ ਗਈ ਜਾਂ ਪਾਲਕੀ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਇਹ ਸ਼ਸਤਰ ਮਾਰਚ ਨਿਕਲਣਾ ਤੇ ਉੱਥੇ ਸੰਤ ਵਾਲੀ ਗੱਲ ਤਾਂ ਹਰ ਹਾਲਤ ਚ ਆ ਹੀ ਗਈ ਹੁਣ ਉਹ ਕੱਲੀ ਪਾਲਕੀ ਸਾਹਿਬ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਉਹ ਗੱਲ ਨਹੀਂ ਪਿੱਛੇ ਜਿੰਨੀ ਸੰਗਤ ਹੈ ਉਹਨਾਂ ਸਾਰਿਆਂ ਨੇ ਸ਼ਬਦੀ ਜਥਿਆਂ ਦੇ ਵਿੱਚ ਬਾਣੀ ਦਾ ਹੀ ਜਿਹੜਾ ਉਹ ਗੁਣਗਾਨ ਕਰਦਿਆਂ ਜਾਣਾ ਔਰ ਉਹਦੇ ਵਿੱਚ ਜਿਹੜੇ ਅੱਗੋਂ ਉਸ ਦੇ ਵਿੱਚ ਜਿਹੜੇ ਗਤਕਾ ਪਾਰਟੀਆਂ ਨੇ ਜਾਂ ਹੋਰ ਜਿਹੜੇ ਸਿੱਖਾਂ ਨੇ ਜਿਨ੍ਹਾਂ ਨੇ ਇਹਦੇ ਵਿੱਚ ਸ਼ਮੂਲੀਅਤ ਕਰਨੀ ਹੈ ਉਹ ਵੀ ਪੂਰੀ ਮਰਿਆਦਾ ਦੇ ਵਿੱਚ ਰਹਿ ਕੇ ਕਰਨੀ ਹੈ ਗੁਰਬਾਣੀ ਨੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਇਹ ਮੈਸੇਜ ਦਿੱਤਾ ਸੀ ਵੀ ਅਸੀਂ ਕਿਸੇ ਕੋਲੋਂ ਡਰਨਾ ਨਹੀਂ ਪਰ ਕਿਸੇ ਨੂੰ ਡਰਾਣਾ ਵੀ ਨਹੀਂ ਜਿਹੜੀ ਸਿਰਿ ਸਾਬ ਹੈ ਜਾਂ ਜਿਹੜੇ ਸ਼ਸਤਰ ਹੈ ਉਹ ਕਿਸੇ ਮਜਲੂਮ ਦੇ ਲਈ ਉਹਦੇ ਨਾਲ ਕੋਈ ਤੱਕਾ ਹੋ ਰਿਹਾ ਉਹਦੇ ਲਈ ਤਾਂ ਅਸੀਂ ਉਹ ਆਪਣੀ ਵਰਤਾਂਗੇ ਪਰ ਕਿਸੇ ਨੂੰ ਡਰਾਉਣ ਵਾਸਤੇ ਇਹ ਸ਼ਸਤਰ ਨਹੀਂ ਹੈ। ਪਾਲ ਜੀ ਸ਼ਸਤਰਾਂ ਦੀ ਗੱਲ ਹੋ ਗਈ। ਅਸਤਰ ਵਗੈਰਾ ਜਿਵੇਂ ਆਮ ਤੌਰ ਤੇ ਤਲਵਾਰ, ਨੀਜੇ, ਕਿਰਪਾਨਾ, ਗਤਕਾ ਉਹ ਤਾਂ ਹੋਗੇ ਕੀ ਹੋਰ ਕੁਝ ਵੇਖਣ ਨੂੰ ਮਿਲ ਸਕਦਾ ਉੱਥੇ? ਜੀ। ਹੁਣ ਤੇ ਇੱਕ ਤੇ ਸਭ ਤੋਂ ਇਲਾ ਸ਼ਸਤਰ ਮਾਰ ਦੀ ਜਿਹੜੀ ਸਭ ਤੋਂ ਜਿਹੜੀ ਜੈਸ ਪਰਪਸ ਨਾਲੇ ਕੱਢਿਆ ਜਾ ਰਿਹਾ ਉਹਦੇ ਵਿੱਚ ਇਹਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਕਿ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਪੁਰਾਤਨ ਜਿਹੜੇ ਸਾਡੇ ਕੋਲ ਚਿਸਤਰ ਨੇ ਉਹ ਸੁਖਚਾਨਾ ਸਾਹਿਬ ਫਗਵਾੜੇ ਛੇਵੀਂ ਪਾਸ਼ੀ ਦਾ ਘਰ ਹੈ ਉੱਥੇ ਸਾਡੇ ਕੋਲ ਜਿਹੜੇ ਪੇ ਨੇ ਉਹਨਾਂ ਸ਼ਸਤਰਾਂ ਨੂੰ ਬਕਾਇਦਾ ਇੱਕ ਗੱਡੀ 'ਚ ਸਜਾ ਕੇ ਬਲਕੀ ਸਾਹਬ ਤੋਂ ਵੀ ਅੱਗੇ ਉਹਨੂੰ ਰੱਖ ਕੇ ਤੇ ਉਹਨਾਂ ਨੂੰ ਸੰਗਤ ਨੂੰ ਉਹ ਦਰਸ਼ਨ ਕਰਾਏ ਜਾਣਗੇ ਵੀ ਹਾਂ ਵੀ ਸਾਡੇ ਗੁਰੂ ਸਾਹਿਬਾਨ ਦੇ ਐਸ ਸ਼ਸਤਰ ਨੇ ਹੁਣ ਜਿਹੜਾ ਤੁਹਾਡਾ ਸਵਾਲ ਸੀ ਕਿ ਉਹਦੇ ਵਿੱਚ ਸਾਡੇ ਪ੍ਰਾਤਨ ਸ਼ਸਤਰਾਂ ਦੇ ਵਿੱਚ ਜਾਂ ਹੁਣ ਦੇ ਜਿਹੜੇ ਸ਼ਸਤਰ ਜਿਹੜੇ ਆਧੁਨਿਕ ਸਮੇਂ ਦੇ ਸ਼ਸਤਰ ਹੈ ਸਾਨੂੰ ਜਸਦਾਰ ਅਕਾਲ ਤਖਨ ਨੇ ਸਾਡਾ ਸਿੱਖੀ ਦਾ ਜਿਹੜਾ ਜਸਦਾਰ ਅਕਾਲ ਤਖਤ ਹੈ ਉਹ ਸਰਵ ਸਰਵੇ ਉਹਨਾਂ ਨੇ ਸਿੱਧਮ ਸਿੱਧਾ ਸਾਰੀ ਸਿੱਖ ਸੰਗ ਕੌਮ ਨੂੰ ਇਹ ਆਰਡਰ ਕੀਤਾ ਕਿ ਸਾਰਿਆਂ ਨੇ ਸ਼ਸਤਰਧਾਰੀ ਹੋਣਾ ਹੈ ਉਹ ਸ਼ਸਤਰਧਾਰੀ ਅਸੀਂ ਸ੍ਰੀ ਸਾਹਿਬ ਨਾਲ ਅਸੀਂ ਆਪਣੇ ਪੁਰਾਤਨਾਂ ਨਾਲ ਜਾਂ ਆਧੁਨਿਕ ਜਿਹੜੇ ਲਾਇਸੈਂਸੀ ਹਥਿਆਰ ਨੇ ਅਸੀਂ ਉਹਨਾਂ ਨਾਲ ਵੀ ਉਹ ਜਿਹੜਾ ਹੈ ਸ਼ਸਤਰਧਾਰੀ ਬੰਨਾ ਜਿਵੇਂ ਸੇਧਾਰ ਸਾਹਿਬ ਹੋਰਾਂ ਦਾ ਜਿਹੜਾ ਬਿਆਨ ਆਇਆ ਸੀ ਆਧੁਨਿਕ ਹਥਿਆਰ ਰੱਖਣੇ ਚਾਹੀਦੇ ਸਿੱਖਾਂ ਨੂੰ ਉਹਦਾ ਵਿਰੋਧ ਵੀ ਬਹੁਤ ਹੋਇਆ ਸੀਗਾ ਦੇਖੋ ਵਿਰੋਧ ਕਿਸੇ ਵੀ ਚੀਜ਼ ਦਾ ਅੱਜ ਤੁਸੀਂ ਕੋਈ ਵੀ ਛੋਟੀ ਜੀ ਕੋਈ ਗੱਲ ਜਾਂ ਕੋਈ ਵੱਡੀ ਗੱਲ ਜਦੋਂ ਵੀ ਕੋਈ ਰੱਖੋਗੇ ਉਹਦੇ ਵਾਸਤੇ ਜਿਨ੍ਹਾਂ ਦੀ ਸੋਚ ਪੋਜ਼ਿਟਿਵ ਹੋਏਗੀ ਉਹਨਾਂ ਨੇ ਉਹਦੇ ਲਈ ਸਪੋਰਟਿੰਗ ਗੱਲ ਕਰਨੀ ਹੈ ਜਿਨ੍ਹਾਂ ਦੀ ਸੋਚ ਨੈਗੇਟਿਵ ਹੋਏਗੀ ਉਹਨੇ ਉਹ ਕ੍ਰਿਟੀਸਾਈਜ਼ ਕਰਨਾ ਹੀ ਕਰਨਾ ਹੈ ਕ੍ਰਿਟੀਸਾਈਜ਼ ਕਰਨ ਦਾ ਜਿਹੜਾ ਹੱਕ ਹੈ ਉਹ ਹਿੰਦੁਸਤਾਨ ਦੇ ਵਿੱਚ ਹਰ ਇੱਕ ਨੂੰ ਹੈ ਮੰਨ ਲਓ ਮੈਂ ਕੋਈ ਗੱਲ ਕਰ ਰਿਹਾ ਮੇਰੀ ਗੱਲ ਕਿਸੇ ਮੇਰੇ ਨਾਲ ਆਏ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੂੰ ਨਹੀਂ ਪਸੰਦ ਤੇ ਉਹਨਾਂ ਦਾ ਹੱਕ ਹੈ ਉਹ ਕ੍ਰਿਟੀਸਾਈਜ਼ ਕਰ ਸਕਦੇ ਉਸ ਗੱਲ ਦਾ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਜਿਹੜੀ ਸਾਡੇ ਜਸਹਧਾਰ ਨੇ ਗੱਲ ਕਹੀ ਹੈ ਜਸਹਧਾਰ ਅਕਾਲ ਤਖਤ ਬਹੁਤ ਵੱਡੀ ਸੁਪਰੀਮ ਪਾਵਰ ਹੈ ਸਿੱਖੀ ਦੇ ਵਿੱਚ ਜੇ ਉਹਨਾਂ ਨੇ ਉਹ ਗੱਲ ਕਹੀ ਹੈ ਤੇ ਸਾਰਾ ਸਿੱਖ ਕ ਥੋੜਾ ਜਿਹਾ ਆਪਣੇ ਜਿਹੜੇ ਕੱਲ ਮਾਰਚ ਕੱਡਿਆ ਜਾਂ ਇਸ ਬਾਰੇ ਵੀ ਦੱਸ ਦੋ ਕਦੋਂ ਸ਼ੁਰੂ ਹੋਵੇਗਾ ਕਿੱਥੋਂ ਸ਼ੁਰੂ ਹੋਵੇਗਾ ਜਿਹੜਾ ਇਹ ਮਾਰਚ ਹੈ ਇਹ ਕੱਲ ਗੁਰਦੁਆਰਾ ਗੁਰਦੇਵ ਨਗਰ ਜਿਹੜਾ ਹੈ ਉਹ ਬਿਲਕੁਲ ਦਾਣਾ ਮੰਡੀ ਦੇ ਨਾਲ ਬਿਲਕੁਲ ਸਟਿਆ ਹੋਇਆ ਗੁਰਦੁਆਰਾ ਸਾਹਿਬ ਹੈ ਹੁਣ ਉੱਥੇ ਜਗ੍ਹਾ ਘੱਟ ਹੋਣ ਕਰਕੇ ਔਰ ਜਿੰਨਾ ਜਲੋ ਜੋ ਸਾਡਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਨਾਲ ਜਿੰਨੇ ਜਿੰਨੇ ਸਹਿਯੋਗੀ ਬਣੇ ਨੇ ਉਹਨਾਂ ਦਾ ਜਿੰਨਾ ਵੱਡਾ ਜਲੋ ਹੈ ਉਹ ਉਸ ਉਸ ਛੋਟੇ ਜਿਹੇ ਰਕਬੇ ਦੇ ਵਿੱਚ ਜਾਂ ਉਹ ਛੋਟੇ ਰਸਤੇ ਦੇ ਵਿੱਚ ਨਹੀਂ ਸਮਾ ਸਕਦਾ ਸੀ ਇਸ ਲਈ ਨਵੀਂ ਦਾਣਾ ਮੰਡੀ ਦੇ ਵਿੱਚ ਪਲਕੀ ਸਾਹਿਬ ਨੂੰ ਸਜਾਇਆ ਜਾਏਗਾ ਉੱਥੋਂ ਗੁਰੂ ਸਾਹਿਬਾਨ ਦਾ ਸਰੂਪ ਜਿਹੜਾ ਗੁਰੂ ਘਰ ਤੋਂ ਲੈ ਕੇ ਉਹ ਪਲਕੀ ਸਾਹਿਬ ਚ ਸशोਭਤ ਕਰਕੇ ਫਿਰ ਉੱਥੋਂ ਜਿਹੜਾ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ਼ਸ਼ਤਰ ਮਾਰਚ ਨਵੀਂ ਦਾਣਾ ਮੰਡੀ ਤੋਂ ਚੱਲ ਕੇ ਵਰਕਸ਼ਾਪ ਚੌਂਕ ਵਰਕਸ਼ਾਪ ਚੌਂਕ ਤੋਂ ਪਟੇਲ ਚੌਂਕ ਪਟੇਲ ਚੌਂਕ ਤੋਂ ਚੱਲਦੇ ਬਸਤੀ ਅੱਡਾ ਬਸਤੀ ਅੱਡੇ ਤੋਂ ਬਾਅਦ ਅਲੀ ਮੱਲਾ ਪੁਲੀ ਔਰ ਜੋਤੀ ਚੌਂਕ ਜੋਤੀ ਚੌਂਕ ਤੋਂ ਇਹ ਨਕਉਦਰ ਚੌਂਕal ਹੋ ਕੇ ਨਕਉਦਰ ਚੌਂਕ ਤੋਂ ਚੱਲ ਕੇ ਨਾਨੋ ਮਿਸ਼ਨ ਚੌਂਕ ਦੇ ਵਿੱਚ ਕਰੀਬਨ 7 ਜਾਂ 7:30 ਤੱਕ ਇਹਦੀ ਸਮਾਪਤੀ ਹੋਏਗੀ। ਹੁਣ ਅਸੀਂ ਆਪਜੀ ਦੇ ਚੈਨਲ ਰਾਹੀਂ ਸਾਰੇ ਜੋ ਸਾਡੇ ਵਿਊਅਰ ਨੇ ਜਿਹੜੇ ਤੁਹਾਡੇ ਨੂੰ ਦੇਖ ਰਹੇ ਨੇ, ਸਾਨੂੰ ਸੁਣ ਰਹੇ ਨੇ, ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਸ਼ਸਤਰ ਮਾਜ ਦਾ ਸਾਰੇ ਜਾਣੇ ਸਹਿਯੋਗੀ ਬਣਨ, ਇਹਦੇ 'ਚ ਹਿੱਸਾ ਲੈਣ 'ਚ ਸ਼ਾਮਲ ਹੋਣ ਔਰ ਇਸ ਰੂਟ ਦੇ ਉੱਤੇ ਜਿੰਨਾ ਤੁਹਾਨੂੰ ਮੈਂ ਦੱਸਿਆ, ਇਹਦੇ ਉੱਪਰ ਸੰਗਤਾਂ ਨੇ ਬਹੁਤ ਉਤਸ਼ਾਹ ਦਿਖਾਇਆ ਹੈ। ਸਾਡੇ ਕੋਲੇ 20-25 ਤਾਂ ਗੁਰਸਿੱਖਾਂ ਨੇ ਆਪਣੀ ਜ਼ਿੰਮੇਵਾਰੀ ਵੀ ਲੈ ਲਈ ਹੈ ਕਿ ਅਸੀਂ ਉੱਥੇ ਅਲਕੀ ਸਾਹਿਬ ਦੀ ਫੁੱਲਾਂ ਨਾਲ ਵਰਖਾ ਕਰਕੇ ਸਵਾਗਤ ਵੀ ਕਰਾਂਗੇ ਔਰ ਆਪਣੇ ਵੱਲੋਂ ਸੰਗਤ ਲਈ ਲੰਗਰ ਵੀ ਲਾਵਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਇਹ ਸੰਨ ਹਰਪਾਲ ਸਿੰਘ ਚੱਡਾ ਜੋ ਸਿੱਖ ਤਾਲਮਿਲ ਕਮੇਟੀ ਦੇ ਆਗੂ ਨੇ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜੋ ਕੱਲ ਸ਼ਸਤਰ ਮਾਰਚ ਕੱਢਿਆ ਜਾਣਾ ਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜੀ ਸੰਗਤ ਆ ਉੱਥੇ ਪਹੁੰਚੇ ਕੈਮਰਾਮੈਨ ਸਾਹਿਬ ਦੇ ਨਾਲ ਮੈਂ ਜਗਵੰਤ ਜਗਮਣੀ ਟੀਵੀ ਜਲੰਧਰ